ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਇਆਂ, ਅਤੇ ਅੱਜ ਦੇ ਜਿਹੜੇ ਮਹਿਮਾਨ ਨੇ ਉਹ ਜਦੋਂ ਸਾਡੇ ਨਾਲ ਇੱਕ ਤਜਰਬਾ ਸਾਂਝਾ ਕਰਨਗੇ ਤਾਂ ਹੈਰਾਨਗੀ ਹੋਏਗੀ। ਕਿਉਂਕਿ ਹੈਰਾਨਗੀ ਇਸ ਕਰਕੇ ਕਿ ਜਦੋਂ ਪੂਰੀ ਦੀ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਆਉਣੀ ਹੈ ਤਾਂ ਤੁਸੀਂ ਇੱਕ ਵਾਰ ਤੁਹਾਡੇ ਮਨ ਦੇ ਵਿੱਚ ਆ ਜਾਏਗਾ ਵੀ ਇੱਦਾਂ ਦਾ ਮਰੀਜ਼ ਵੀ ਠੀਕ ਹੋ ਸਕਦਾ। ਬਹੁਤ ਸਾਰੇ ਇਲਾਜ ਕਰਵਾ ਚੁੱਕੇ ਨੇ, ਵੀ ਬਹੁਤ ਸਾਰੀਆਂ ਤਕਲੀਫਾਂ 'ਚੋਂ ਲੰਘ ਚੁੱਕੇ ਨੇ, ਇੱਕ ਅਜਿਹੀ ਤਕਲੀਫ 'ਚੋਂ ਵੀ ਲੰਘੇ ਨੇ ਜਿਹੜੀ ਕਿ ਬਰਦਾਸ਼ਤ ਕਰਨ ਦੇ ਤੋਂ ਬਾਹਰ ਸੀ। ਸਾਰੀ ਜ਼ਿੰਦਗੀ ਉਸ ਸ਼ਾਇਦ ਉਸ ਤਕਲੀਫ ਨਾਲ ਰਹਿਣਾ ਵੀ ਪਏ ਇਹਨਾਂ ਨੂੰ, ਪਰ ਸਰੀਰਕ ਤਕਲੀਫ ਜਿਹੜੀ ਆ ਉਹ ਅਜਿਹੀ ਰਹੀ ਹੈ ਜਿਹੜੀ ਕਿ 4-5 ਸਾਲ ਪੂਰੀ ਤਰ੍ਹਾਂ ਤਪਾਉਣ ਤੋਂ ਬਾਅਦ ਫਿਰ ਕਿੱਦਾਂ ਇਲਾਜ ਹੋਇਆ ਆਪਾਂ ਇਹਨਾਂ ਦੇ ਮੂੰਹ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮਨਜੀਤ ਕੌਰ। ਮਨਜੀਤ ਜੀ, ਆਪਣੇ ਬਾਰੇ ਪੂਰਾ ਦੱਸੋ ਵੀ ਕਿੱਥੇ ਰਹਿੰਦੇ ਹੋ, ਕਿੰਨੀ ਉਮਰ ਹੈ, ਕੌਣ-ਕੌਣ ਹੈ ਪਰਿਵਾਰ ਦੇ ਵਿੱਚ, ਕੀ ਕਰਦੇ ਹੋ? ਅਸੀਂ ਬੇਟੇ ਦੀ, ਮੇਰੇ ਦੀ ਡੈਥ ਹੋ ਗਈ ਸੀ। ਆਪਣੇ ਬਾਰੇ ਦੱਸੋ ਨਾ ਪਹਿਲਾਂ, ਪੂਰੇ ਪਰਿਵਾਰ 'ਚ ਕੌਣ-ਕੌਣ ਹੈ, ਕਿੱਥੇ ਰਹਿੰਦੇ ਹੋ, ਉਹ ਪੂਰੀ ਡਿਟੇਲ ਦਿਓ। ਮੈਂ ਨਾਮ ਹੀ ਰਹਿੰਦੇ ਹਾਂ, ਮੇਰੀ ਸੱਸ ਮਾਮੇ ਦੇ ਨਾਲ ਹੈ, ਅਸੀਂ ਦੋਏ ਜਾਣੀਆਂ ਹੀ ਹਾਂ। ਹਾਂਜੀ, ਅਤੇ ਮੇਰੇ ਬੇਟੇ 'ਚ ਡੈਥ ਹੋਈ, ਅਤੇ ਕੀ ਡਿਟੇਲ ਦਿਓ ਨਾ ਵੀ ਕਿੱਦਾਂ, ਕਿੱਥੇ ਕੀ ਹੋ ਰਿਹਾ ਸੀ, ਕਿੱਥੇ ਜਾ ਰਹੇ ਸੀ, ਕਿਵੇਂ ਹੋਈ ਉਹ? ਹਾਂਜੀ, ਅਸੀਂ ਕੋਟੀ ਸੇਗਾ ਜਾ ਰਹੇ ਸੀਗੇ। ਹਾਂਜੀ, ਬੈਬ 'ਤੇ ਸੀਗੇ। ਹਾਂਜੀ, ਅਤੇ ਉਹ ਗੱਡੀ ਜੀਰੇ ਰੋਡ ਤੋਂ ਆਈ, ਅਤੇ ਆ ਕੇ ਗੱਡੀ ਸਾਡੇ ਵਿੱਚ ਵੱਜੀ, ਅਤੇ ਮੈਂ ਥੱਲੇ ਡਿੱਗ ਪਈ, ਅਤੇ ਮੇਰੇ ਬੇਟੇ ਨੇ ਮੈਨੂੰ ਚੱਕਿਆ ਵੀ ਕਰ ਕੀਤਾ ਵੀ ਉਹਦੇ ਵੀ ਸੱਟ ਬਹੁਤ ਲੱਗੀ ਸੀਗੀ। ਫਿਰ ਅਸੀਂ ਇੱਥੇ ਦਵਾਈ ਕਰਵਾਈ ਅਸੀਂ ਸ਼ਹਿਰ ਆ ਕੇ ਡਾਕਟਰ ਦੇ, ਅਤੇ ਉਦੋਂ ਦਵਾਈ ਉਦੋਂ ਤਾਂ ਅਸੀਂ ਤੱਤੇ ਘਾਹ ਉਵੇਂ ਘਰੇ ਆ ਵਾਪਸ ਆ ਗਏ ਸੀਗੇ। ਹਾਂਜੀ, ਬੇਟਾ ਵੀ, ਬੇਟੇ ਦੀ ਬਾਅਦ 'ਚ ਡੈਥ ਹੋਈ ਆ ਥੋੜ੍ਹੇ ਟਾਈਮ ਬਾਅਦ, ਅਤੇ ਫਿਰ ਉਹ ਜਦੋਂ ਉਹਦੇ ਦੁੱਖ ਦੇ ਵਿੱਚ ਤੁਰੇ ਫਿਰਦੇ ਰਹੇ ਅਸੀਂ, ਫਿਰ ਥੋੜ੍ਹੀ ਦੇਰ ਬਾਅਦ ਮਹੀਨੇ ਕੁ ਬਾਅਦ ਅਸੀਂ ਫਿਰ ਅਸੀਂ ਦਵਾਈ ਫਿਰ ਸ਼ਹਿਰ ਜਾ ਕੇ ਲਈ, ਵੱਡੇ ਸ਼ਹਿਰੋਂ ਲਈ, ਮੋਗੇ ਵੀ ਲਈ ਅਸੀਂ ਦਵਾਈ, ਫਿਰ ਅਸੀਂ ਜਲੰਧਰੋਂ ਵੀ ਲਈ ਦਵਾਈ, ਫਰਕ ਕੁਛ ਨਹੀਂ ਪਿਆ ਸਾਨੂੰ। ਜਦੋਂ ਤੁਹਾਡੇ ਸੱਟਾਂ ਲੱਗੀਆਂ ਉਸ ਵੇਲੇ, ਮਤਲਬ ਕਿ ਜਦੋਂ ਤੁਹਾਨੂੰ ਮਾਰ ਗਿਆ ਬੰਦਾ, ਤੁਸੀਂ ਸੜਕ 'ਤੇ ਸੀ, ਉਦੋਂ ਤੁਹਾਨੂੰ ਕਿਹਨੇ ਚੁੱਕਿਆ, ਕਿੱਥੇ ਹਸਪਤਾਲ ਗਏ, ਕਿੱਦਾਂ, ਕੀ ਡਿਟੇਲ? ਉਹ ਅਸੀਂ ਕੋਟ ਇਸੇ ਖਾਂ ਆਪਣਾ ਸੋਢੀ ਡਾਕਟਰ ਹੈ ਉਸ ਦੇ ਗਏ ਸੀਗੇ, ਅਸੀਂ ਆਪ ਹੀ ਗਏ ਉੱਠ ਕੇ, ਸਾਨੂੰ ਕੋਈ ਨਹੀਂ ਲੈ ਕੇ ਗਏ, ਅਸੀਂ ਊਂ ਸਾਨੂੰ ਸ਼ਰਤ ਸੀਗੀ, ਹਾਂ ਸੀ, ਸ਼ਹਿਰ ਦੇ ਵਿੱਚ ਹੀ ਜਾਵੜੀ ਸੀ ਅਸੀਂ, ਅਤੇ ਮੇਰੇ ਲੱਤਾਂ ਬਾਹਾਂ 'ਤੇ ਵੱਜੀ, ਮੇਰੇ ਵੀ ਲੱਜੇ, ਉਹਦੇ ਵੀ ਲੱਤਾਂ ਬਾਹਾਂ, ਉਹਦੇ ਸਿਰ 'ਚ ਸੀ ਜ਼ਿਆਦਾ ਸੱਟ, ਬੇਟੇ ਦੇ ਉਹਦੇ ਸਿਰ 'ਚ ਸੀ ਸੱਟ, ਅਤੇ ਫਿਰ ਅਸੀਂ ਉੱਥੇ ਆ ਕੇ ਦਵਾਈ ਲਈ, ਬੇਟੇ ਨੇ ਵੀ ਲਈ, ਮੈਂ ਵੀ ਲਈ ਅਸੀਂ, ਅਤੇ ਫਿਰ ਬੇਟੇ ਦਾ ਘਰ ਆ ਕੇ ਜਾਣ ਦੀ ਉਹਦਾ ਬਲੱਡ ਬਲੱਡ ਘੱਟ ਗਿਆ ਜ਼ਿਆਦਾ, ਅਤੇ ਡਾਊਨ ਹੋ ਗਿਆ ਸੀਗਾ, ਹਾਂ, ਫਿਰ ਇਕਦਮ ਹੀ ਉਹਦੇ ਨਾਲ ਚਾਂਸ ਬਣ ਗਿਆ ਜਾਣ ਦੀ। ਹਸਪਤਾਲ ਦਾਖਲ ਤਾਂ ਨਹੀਂ ਸੀ ਉਸ ਟਾਈਮ? ਨਹੀਂ, ਦਾਖਲ ਨਹੀਂ ਸੀਗੇ, ਹਾਂ ਅਸੀਂ ਘਰ ਹੀ ਸੀਗੇ। ਹਾਂਜੀ, ਅਤੇ ਫਿਰ ਬੇਟੇ ਨੂੰ ਅਸੀਂ ਇੱਥੇ ਹਸਪਤਾਲ ਲਿਆਏ, ਅਤੇ ਬੇਟੇ ਦਾ ਫਿਰ ਉਹ ਇੱਥੋਂ ਹਸਪਤਾਲ ਤੋਂ ਅਸੀਂ ਖਤਮ ਹੋਏ ਨੂੰ ਲੈ ਕੇ ਗਏ ਹਾਂ। ਹਾਂਜੀ, ਤੁਸੀਂ ਫਿਰ ਤੁਸੀਂ ਵੀ ਹਸਪਤਾਲ ਦਾਖਲ ਹੋਏ? ਨਹੀਂ ਨਹੀਂ, ਦਾਖਲ ਨਹੀਂ ਹੋਏ ਸੀਗੇ ਅਸੀਂ, ਅਸੀਂ ਉੱਥੇ ਡਾਕਟਰ ਨੇ ਸਾਨੂੰ ਦਵਾਈ ਦਿੱਤੀ, ਪੱਟੀਆਂ ਕੀਤੀਆਂ ਸੀ, ਅਤੇ ਦਵਾਈ ਚੱਲਦੀ ਰਹੀ। ਉਹ ਫਿਰ ਜਿੰਨਾ ਚਿਰ ਬੇਟੇ ਦਾ ਵੀ ਉਹ ਘਰੇ ਚੱਲਦਾ ਰਿਹਾ, ਉਵੇਂ ਦੁੱਖ ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ, ਫਿਰ ਅਸੀਂ ਮਹੀਨੇ ਦੋ ਮਹੀਨਿਆਂ ਬਾਅਦ ਫਿਰ ਅਸੀਂ ਆ ਬਾਹਰ 'ਚ ਦਵਾਈ ਦੂਜੀ ਲਈ ਅਸੀਂ। ਤੁਹਾਡੇ ਫ੍ਰੈਕਚਰ, ਕੋਈ ਹੱਡੀ ਟੁੱਟ ਗਈ ਸੀ ਜਾਂ ਕੀ? ਹੱਡੀ ਗੋਡ ਰਗੜੀ ਗਈ, ਰਗੜਾ ਪੈ ਗਿਆ ਹੱਡੀ ਨੂੰ, ਉਹਦੇ ਨਾਲ ਲੱਤ ਵੀ ਘੁੱਕ ਗਈ ਆ ਮੇਰੀ, ਲੱਤ ਘੁੱਕ ਗਈ, ਹਾਂ ਘੁੰਮ ਗਈ ਸੀ, ਹਾਂ, ਅਤੇ ਫਿਰ ਜਾਣੀ ਦੀ ਆਪਾਂ ਇੱਥੋਂ ਸਾਨੂੰ ਇੱਧਰ ਪਤਾ ਲੱਗਿਆ, ਫਿਰ ਅਸੀਂ ਇੱਥੇ ਦਵਾਈ ਲੈ ਚਾਲੂ ਕੀਤੀ ਆਪਣੀ। ਤੁਸੀਂ ਜਦੋਂ ਤੁਹਾਡੇ ਸੱਟਾਂ ਲੱਗੀਆਂ, ਸੱਟਾਂ ਲੱਗਣ ਤੋਂ ਬਾਅਦ ਤੁਸੀਂ ਜਿਹੜੀਆਂ ਅੰਗਰੇਜ਼ੀ ਦਵਾਈਆਂ ਕਿੰਨੀ ਦੇਰ ਲਈਆਂ ਅਤੇ ਕਿੱਥੋਂ ਕਿੱਥੋਂ ਲਈਆਂ? ਅਸੀਂ ਲਈਆਂ ਦਵਾਈਆਂ ਇੱਥੋਂ ਅਸੀਂ ਮੋਗੇ ਵੀ ਲੈਂਦੇ ਰਹੇ ਹਾਂ ਆਪਣੇ ਇਸ ਡਾਕਟਰ ਤੋਂ, ਮਨਪ੍ਰੀਤ ਡਾਕਟਰ ਕਿਹੜਾ ਇੱਥੇ ਆ ਰੋਡ 'ਤੇ, ਅੰਮ੍ਰਿਤਸਰ ਰੋਡ 'ਤੇ, ਦੂਜਾ ਪ੍ਰੀਤ ਡਾਕਟਰ ਇਹਦੇ ਕੋਲੋਂ ਵੀ ਲਏ, ਫਿਰ ਮੋਗੇ ਉਹ ਪੰਕਲ ਡਾਕਟਰ ਉਹਦੇ ਕੋਲੋਂ ਵੀ ਲੈਂਦੇ ਰਹੇ ਹਾਂ, ਫਿਰ ਅਸੀਂ ਉਦੋਂ ਬਾਅਦ 'ਚ ਫਿਰ ਅਸੀਂ ਜਲੰਧਰ ਦਵਾਈ ਲਈ। ਜਦੋਂ ਜਾਂਦੇ ਸੀ ਕੋਈ ਟੈਸਟ ਕਰਾਉਂਦੇ ਸੀ, ਐਕਸਰੇ ਕਰਾਉਂਦੇ, ਕੀ ਕਰਦੇ? ਉਹ ਐਕਸਰੇ ਦੇ ਵਿੱਚ ਹੱਡੀ ਭੁਰੀ ਆਉਂਦੀ ਸੀ, ਹੱਡੀ ਭੁਰੀ ਆਉਂਦੀ, ਭੁਰੀ ਆਉਂਦੀ ਸੀ ਗੋਡੇ ਦੀ ਹੱਡੀ ਕਿ ਗੋਡੇ ਦੀ, ਵਾਵਾ ਭੁਰੀ ਵੀ ਸੀਗੀ, ਉਹਦੀ ਤਕਲੀਫ ਜ਼ਿਆਦਾ ਸੀਗੀ, ਹਾਂ। ਮਤਲਬ ਜਦੋਂ ਹੱਡੀ ਭੁਰੀ ਆਉਂਦੀ ਸੀ, ਕੀ ਕਹਿੰਦੇ ਸੀ ਡਾਕਟਰ ਉਹਦੇ? ਫਿਰ ਉਹਨਾਂ ਨੇ ਡਾਕਟਰਾਂ ਨੇ ਕਹਿੰਦੇ ਵੀ ਹੱਡੀ ਭੁਰੀ ਵੀ ਆ, ਤੁਸੀਂ ਦਵਾਈ ਆ ਚਾਲੂ ਕਰੋ। ਐਕਸਰੇ ਅਸੀਂ ਕਰਵਾਈ, ਦੋ ਵਾਰ ਕਰਵਾਇਆ ਐਕਸਰਾ, ਫਿਰ ਉਹਨਾਂ ਨੇ ਸਾਨੂੰ ਦਵਾਈ ਖਾਣ ਨੂੰ ਵੀ ਦਿੱਤੀ,
फिर वह मालू भी दिती दवाई भी तुम आ चालू करो उसी दवाई बहुत टाइम मैं खाधी हो दो तीन साल मैं खाधी दवाई वो भी हाँ जी अंग्रेजी फिर नहीं क्या भी गोडा बदलाने पैणगे नहीं 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 गोडे ऐ नहीं क्या है कोई गोडे टीके टूके ला ना गोडे बारे भी नहीं है वह कहते तुम ये दवाई खाओ तो फर्क पै जाओ ठीक हो जाओगे ठीक होया ना ना ठीक नहीं हो हर बारी तुसी दवाई लैन उहदे कोल जांदे सी आराम आउंदा सी की कहंदे ओ जिन्ना चक्कर दवाई खाई जांदे सी ओना चक्कर ठीक रहिंदा सी फिर जदों दवाई उसी बंद कर दिंदे सीगे उदों फिर कम चलन लग जांदा सी फिर तां लांघ नहीं पार हुंदी सी मेथों अच्छा हां फिर जण बहुत तकलीफ हुंदी सीगी चलो इको डॉक्टर कोल खाई गए फिर तुसी डॉक्टर नहीं बदलिया नहीं नहीं असीं डॉक्टर हुण मोगे भी बदले असीं दो तां मोगे बदल ले तीजा से जलंधर बदलिया दवाई चालू करी रखो फिर जो जाते दवाई लिया चार पांच बार चार पांच साल मेरे आई निकल गए दवाई च फिर असी खाते रहे दवाई फिर मैं क्या मैं नहीं दवाई कुछ नहीं खाना मैं क्या फिर मैं आ के बैठ गई घर फिर मैं घर का कम नहीं हुंदा सीगा दसो कि तुसी फिर तुसी कहने बेटा सीगा तुहाडा कल्ला ते तुहाडी मदर इन लॉ सीगी तुहाडे नाल की मतलब फिर जदों डैथ हो गई बेटे की फिर परिवार का गुजारा किवें चलदा परिवार का गुजारा फिर हुण आम सीगी मेरे घरवाले की भी मैनूं पैंशन लग गई सी पैंशन ओहदी पहलां डैथ होई भी सीगी ना ना घर वाले दी नहीं नहीं बेटे दी नहीं लगी उदो बेटे नूं नौकरी मिली सी उदो अच्छा बेटे नूं नौकरी मिल गई सी फिर बेटे दी शादी हो गई सी अच्छा शादी हो गई तो फिर जो तो बेटा ही नहीं रहा तो फिर बगानियां दी कित्थे रहिंदियां पेंशन तुहानूं नहीं लगी पेंशन लगी है मैनूं बेटे दी नहीं घर वाले दी है पेंशन फिर वाइफ नूं मिल गई ओनूं ड्यूटी भी मिल गई सारी ड्यूटी उससे नहीं मिली सारी चीज ही उहदी नुकसान हो जाता बॉडी का ਤੇ ਤੁਸੀਂ ਦੱਸ ਰਹੇ ਸੀ ਮੈਨੂੰ ਵੀ ਘਰ ਦਾ ਕੰਮ ਨਹੀਂ ਹੁੰਦਾ ਹਾਂਜੀ ਉਦੋਂ ਫਿਰ ਘਰ ਦੀ ਤਕਲੀਫ ਹੁੰਦੀ ਸੀਗੀ ਫਿਰ ਜਦੋਂ ਕੰਮ ਕਰਨਾ ਤੇ ਫਿਰ ਇਸੇ ਕੰਮ 'ਚ ਫਿਰ ਆ ਦਵਾਈ ਜਦੋਂ ਇੱਧਰ ਜਾਂਦੇ ਇਹ ਦਵਾਈ ਚਾਲੂ ਕੀਤੀ ਫਿਰ ਉਹਦੇ ਨਾਲ ਮੈਨੂੰ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਇਹ ਦਵਾਈ ਦਾ ਤਾਂ ਚਲੋ ਆਪਾਂ ਗੱਲ ਕਰਦੇ ਹਾਂ ਆਪਾਂ ਮੈਂ ਤੁਹਾਨੂੰ ਇੱਕ ਚੀਜ਼ ਮੈਨੂੰ ਇਹ ਦੱਸੋ ਕਿ ਜਦੋਂ ਘਰ ਬੰਦਾ ਕੰਮ ਕਰ ਰਿਹਾ ਹੁੰਦਾ ਤਾਂ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਤੁਹਾਨੂੰ ਹੁਣ ਪੋਚਾ ਵੀ ਲਾਉਣਾ ਹੈ ਬੈਠ ਕੇ ਆਟਾ ਵੀ ਗੁੰਨਣਾ ਹੈ ਰੋਟੀ ਵੀ ਪਕਾਉਣੀ ਹੈ ਕਿਹੜੇ ਕਿਹੜੇ ਕੰਮਾਂ 'ਚ ਤੁਹਾਨੂੰ ਕੱਪੜੇ ਵੀ ਧੋਣੇ ਆਪਾਂ ਬਹਿੰਦੇ ਹਾਂ ਆਪਾਂ ਪੈਰਾਂ ਭਾਰ ਬੈਠਣ ਨਹੀਂ ਜਾਂਦਾ ਪੈਰਾਂ ਭਾਰ ਬੈਠੇ ਲੱਤ ਮੁੜਦੀ ਨਹੀਂ ਸੀਗੀ ਨਾ ਚੌਂਕੜੀ ਵੀ ਨਹੀਂ ਵੱਜਦੀ ਸੀਗੀ ਫਿਰ ਜਾਂ ਮੈਂ ਫੱਟੀ ਲੈਣੀ ਜਾਂ ਕਰਸੀ ਲੈਣੀ ਚੌਂਕੜੀ ਵੀ ਨਹੀਂ ਮਾਰੀ ਜਾਂਦੀ ਸੀ ਪੈਰਾਂ ਭਾਰ ਬੈਠਾ ਵੀ ਨਹੀਂ ਜਾਂਦਾ ਸੀ ਪੌੜੀ ਵੀ ਨਹੀਂ ਚੜ੍ਹੀ ਜਾਂਦੀ ਸੀਗੀ ਹੈਨਾ ਤੇ ਝੁਕਿਆ ਵੀ ਨਹੀਂ ਜਾਂਦਾ ਝੁਕਿਆ ਵੀ ਨਹੀਂ ਸੀ ਜਾਂਦਾ ਹਾਂ ਲੱਤਾਂ ਹੀ ਮੁੜਦੀ ਨਹੀਂ ਸੀਗੀ ਕਿੱਦਾਂ ਕਿੰਨਾ ਕੁ ਦਰਦ ਹੁੰਦਾ ਸੀ ਜਦੋਂ ਤੁਸੀਂ ਬਹੁਤ ਦਰਦ ਹੁੰਦਾ ਸੀਗਾ ਹਾਂ ਚੀਕਾਂ ਨਿਕਲਦੀਆਂ ਸੀਗੀਆਂ ਕਿਸੇ ਕਿਸੇ ਵੇਲੇ ਤਾਂ ਲੱਤ ਮੇਰੀ ਸਿੱਧੀ ਨਹੀਂ ਹੁੰਦੀ ਸੀਗੀ ਸੋਜ ਵੀ ਜਾਂਦੀ ਸੋਜ ਵੀ ਪੈ ਜਾਂਦੀ ਸੀਗੀ ਹਾਂਜੀ ਤੇ ਇਸ ਕਰਕੇ ਤੇ ਫਿਰ ਹੁਣ ਇਹ ਤਾਂ ਚਲੋ ਹੋ ਗਿਆ ਤੁਹਾਡਾ ਐਲੋਪੈਥੀ ਦੀ ਗੱਲ ਕੋਈ ਹੋਰ ਵੀ ਇਲਾਜ ਤੁਸੀਂ ਮਤਲਬ ਜਿਵੇਂ ਤੁਸੀਂ ਜਿਵੇਂ ਆਯੁਰਵੈਦਿਕ ਦੇ ਵਿੱਚ ਜਾਂ ਕਿਸੇ ਹੋਰ ਦਵਾਈ ਵੀ ਫਿਰ ਅਸੀਂ ਸਾਡੇ ਉੱਥੇ ਮਾਲਸਾ ਵਾਲੇ ਆਏ ਸੀਗੇ ਹਾਂ ਦੇਸੀ ਦਵਾਈ ਵਾਲੇ ਫਿਰ ਅਸੀਂ ਉਹ ਕਹਿੰਦੇ ਵੀ ਬਾਰੇ ਲੱਗਣਗੇ ਫਿਰ ਉਹ ਮੇਰੇ ਬਾਰੇ ਵੀ ਦੋ ਤਿੰਨ ਵਾਰ ਲਾਏ ਤਿੰਨ ਵਾਰੇ ਲਾਏ ਇਹਨਾਂ ਨੇ ਫਿਰ ਉਹ ਚਾਰ ਪੰਜ ਦਿਨ ਆਉਂਦੇ ਰਹੇ ਤੀਜੇ ਦਿਨ ਬਾਰਾਂ ਲਾਉਂਦੇ ਸੀਗੇ ਆਣ ਕੇ ਫਿਰ ਉਹਦੇ ਨਾਲ ਵੀ ਉਹ ਉਹਨਾਂ ਕੁ ਜਾਂਦੀ ਟਾਈਮ ਫਰਕ ਪੈਂਦਾ ਸੀਗਾ ਜਿੰਨਾ ਕੁ ਚਿਰ ਵੀ ਉਹਨਾਂ ਦੀ ਵੀ ਦਵਾਈ ਖਾਂਦੇ ਰਹੇ ਆ ਅਤੇ ਜਾਣੀ ਦੀ ਉਹ ਦਵਾਈ ਖਾਣ ਦੇ ਨਾਲ ਫਿਰ ਉਹੀ ਕੰਮ ਹੋਣ ਲੱਗ ਗਿਆ ਬਾਅਦ 'ਚ ਉਹਨਾਂ ਨੇ ਤਾਂ ਇੱਕ ਟੀਕਾ ਵੀ ਲਾਇਆ ਸੀਗਾ ਹਾਂ ਬਾਰੇ ਵਾਲਿਆਂ ਨੇ ਹਾਂ ਉਹਨਾਂ ਨੇ ਵੀ ਟੀਕਾ ਲਾਇਆ ਸੀਗਾ ਫਿਰ ਕਹਿੰਦੇ ਸੀ ਇਹਦੇ ਨਾਲ ਕਹਿੰਦੇ ਵੀ ਠੀਕ ਹੋ ਜਾਊਗਾ ਟੀਕਾ ਵੀ ਅਸੀਂ ਲਾਉਣਾ ਹੀ ਹੁੰਦੇ ਹਾਂ ਨਾਲ ਵੀ ਪਹਿਲਾਂ ਬਾਰਾਂ ਲਾਉਣ ਤੋਂ ਪਹਿਲਾਂ ਅਸੀਂ ਟੀਕਾ ਲਾਉਣੇ ਹੁੰਦੇ ਹਾਂ ਬਾਰੇ ਉਹਨਾਂ ਨੇ ਤਿੰਨ ਲਾਏ ਸੀਗੇ ਪੱਚੀ ਪੱਚੀ ਸੌ ਦੇ ਸਣੀ ਦਵਾਈ ਸਾਰਾ ਕੁਛ ਮੁੜ ਕੇ ਫਿਰ ਉਦੋਂ ਬਾਅਦ 'ਚ ਜਾਂਦੇ ਫਿਰ ਨਹੀਂ ਮੈਂ ਲਿਆ ਮੈਂ ਕਿਹਾ ਮੈਂ ਕੁਛ ਨਹੀਂ ਲੈਣਾ ਆਪੇ ਹੀ ਹਟ ਜੂਗੀ
ਕਿੰਨਾ ਚਿਰ ਤੁਸੀਂ ਕਿਉਂਕਿ ਜੇ ਦਵਾਈ ਖਾਓਗੇ ਨਹੀਂ ਫਿਰ ਤਾਂ ਸੋਜਾ ਆਈ ਜਾਊਗਾ ਹੋਰ ਪੰਗਾ ਪੈਂਦਾ ਹੋਣਾ ਫਿਰ ਜ਼ਿਆਦਾ ਇਹੋ ਜਾਂਦੀ ਫਿਰ ਸੋਜ ਜ਼ਿਆਦਾ ਪੈ ਜਾਂਦੀ ਸੀਗੀ ਫਿਰ ਲਾਂਘ ਨਹੀਂ ਭਰ ਹੁੰਦੀ ਸੀਗੀ ਫਿਰ ਔਖਾ ਵਾਲਾ ਹੋ ਜਾਂਦਾ ਸੀਗਾ ਹਾਂਜੀ ਮਤਲਬ ਤੁਹਾਨੂੰ ਕਿਉਂਕਿ ਤੁਸੀਂ ਪਰਿਵਾਰ ਦੇ ਵਿੱਚ ਤੁਸੀਂ ਹੋ ਅਤੇ ਤੁਹਾਡੇ ਤੁਹਾਡੀ ਸੱਸ ਹੈਗੀ ਹੈ ਦੋ ਜੀ ਨੇ ਤਾਂ ਫਿਰ ਤਾਂ ਤੁਹਾਡਾ ਘਰ ਦਾ ਕੰਮ ਹੋਰ ਸਾਰਾ ਬੜਾ ਔਖਾ ਹੋ ਜਾਂਦਾ ਔਖਾ ਹੀ ਸੀ ਬਹੁਤ ਜ਼ਿਆਦਾ ਸੀ ਐਂ ਹੌਲੀ ਹੌਲੀ ਕਰੀ ਜਾਣਾ ਕੋਈ ਚੀਜ਼ ਬਾਜ਼ਾਰੋਂ ਵੀ ਲੈ ਕੇ ਆਉਣੀ ਹੈ ਘਰ ਦੇ ਵੀ ਜਾਣਾ ਕਿਤੇ ਜਾਣਾ ਆਉਣਾ ਹਾਂਜੀ ਉਹ ਫਿਰ ਐਂ ਹੁੰਦਾ ਸੀਗਾ ਜਦੋਂ ਕਿਤੇ ਸਮਾਨ ਜੇ ਕੋਈ ਜ਼ਿਆਦਾ ਹੁੰਦਾ ਸੀਗਾ ਵੀ ਆਹ ਰਿਸ਼ਤੇਦਾਰ ਭੈਣ ਭਰਾ ਆਉਣਾ ਉਹ ਤੋਂ ਮੰਗਵਾ ਲੈਂਦੇ ਸੀਗੇ ਹਾਂਜੀ ਕੱਪੜੇ ਤਾਂ ਹੁਣ ਵੀ ਧੋਈਦੀ ਆ ਹਾਂਜੀ ਹੁਣ ਵੀ ਧੋਈਦੇ ਆ ਐਂ ਕੁਰਸੀ ਡਾਹ ਲਈ ਦੀ ਆ ਕੁਰਸੀ 'ਤੇ ਬਹਿ ਕੇ ਪੱਲੇ ਪੱਲੇ ਧੋ ਲਈਦੇ ਆ ਹਾਂਜੀ ਕੱਪੜੇ ਆਪਣੇ ਹੀ ਹੁੰਦੇ ਆ ਆਪਣੋ ਆਪਣੇ ਹੀ ਹੁੰਦੇ ਆ ਕਿਹੜਾ ਬਹੁਤੇ ਹੁੰਦੇ ਆ ਹਾਂਜੀ ਅਤੇ ਕੋਈ ਕਿਸੇ ਨੇ ਇਹ ਦੱਸਿਆ ਵੀ ਆਹ ਖਾਣਾ ਆਹ ਨਹੀਂ ਖਾਣਾ ਕੁਛ ਇਸ ਤਰ੍ਹਾਂ ਨਹੀਂ ਖਾਣ ਦਾ ਨਹੀਂ ਦੱਸਿਆ ਕੁਛ ਹਾਂਜੀ ਖਾਣ ਉਹ ਕਹਿੰਦੇ ਜੋ ਮਰਜ਼ੀ ਖਾਈ ਚੱਲੋ ਨਾ ਉਹ ਨਹੀਂ ਕਹਿੰਦਾ ਐਂ ਹੁਣ ਆਪ ਵੀ ਹੁਣ ਆਪਦੇ ਵੇਖ ਕੇ ਧਿਆਨ ਨਹੀਂ ਖਾਣੀ ਹੁੰਦੀ ਆ ਚੀਜ਼ ਵੀ ਆਹ ਆਪਾਂ ਨੂੰ ਨਹੀਂ ਚੰਗੀ ਲੱਗਦੀ ਆਪਾਂ ਨਹੀਂ ਖਾਣੀ ਵੀ ਆਪਾਂ ਨੂੰ ਤਕਲੀਫ ਦੇਊਗੀ ਵੀ ਆਪਦਾ ਉਹੋ ਜਿਹੀ ਚੀਜ਼ ਖਾਣੀ ਪੀਣੀ ਵੀ ਜੇ ਤਕਲੀਫ ਬਣਾ ਦੇਵੇ ਹਾਂਜੀ ਐਵੇਂ ਸੀਗਾ ਅਤੇ ਫਿਰ ਮਤਲਬ ਜਦੋਂ ਇਹ ਸਾਰੇ ਹਾਲਾਤਾਂ ਦੇ ਵਿੱਚ ਤੁਸੀਂ ਲੰਘ ਰਹੇ ਸੀਗੇ ਅਤੇ ਇਹ ਬੇਟੇ ਦੀ ਡੈਥ ਤੋਂ ਕਿੰਨਾ ਚਿਰ ਬਾਅਦ ਤੱਕ ਜਿਹੜਾ ਤੁਹਾਡਾ ਇਹ ਇਹ ਜਿਹੜੀ ਤਕਲੀਫ ਚੱਲਦੀ ਰਹੀ ਚੱਲਦੀ ਰਹੀ ਆ ਚਾਰ ਪੰਜ ਸਾਲ ਚੱਲਦੀ ਰਹੀ ਆ ਐਂ ਚੱਲਦੀ ਰਹੀ ਬਾਅਦ 'ਚ ਵੀ ਹਾਂਜੀ ਮਤਲਬ ਇਲਾਜ ਕਰਾਈ ਜਾਂਦੇ ਨਾਲ ਨਾਲ ਚੱਲੀ ਜਾਂਦੇ ਸੀ ਨਾਲ ਦੀ ਨਾਲ ਉਹ ਫਰਕ ਪੈ ਜਾਂਦਾ ਸੀਗਾ ਜਦੋਂ ਫਿਰ ਵੀ ਕਹਿਣਾ ਰੁਕ ਜਾ ਹੁਣ ਨਹੀਂ ਕੁਛ ਕਰਨਾ ਉਦੋਂ ਫਿਰ ਲੱਗ ਜਾਣਾ ਤਕਲੀਫ ਹੋ ਜਾਣੀ ਹਾਂਜੀ ਕਦੇ ਇੱਦਾਂ ਵੀ ਹੁੰਦਾ ਸੀਗਾ ਵੀ ਹਾਰ ਜਾਂਦੇ ਹੁਣ ਵੀ ਮੈਂ ਹੁਣ ਦੱਸ ਕੀ ਕਰਾਂ ਮੇਰੇ ਕੋਲ ਕੋਈ ਹਾਂਜੀ ਐਂ ਹੋ ਜਾਂਦਾ ਸੀਗਾ ਅੱਕ ਜਾਂਦਾ ਸੀ ਮਨ ਦਵਾਈਆਂ 'ਤੇ ਵੀ ਅੱਕ ਜਾਂਦਾ ਸੀਗਾ ਹਾਂਜੀ ਐਂ ਦਵਾਈਆਂ ਵੀ ਚੱਕ ਕੇ ਪਾਸੇ ਰੱਖ ਦੇਣੀਆਂ ਵੀ ਨਹੀਂ ਖਾਣੀਆਂ ਦਿਲ ਨਹੀਂ ਕਰਦਾ ਦਵਾਈਆਂ ਖਾਣ ਨੂੰ ਅਤੇ ਫਿਰ ਘਬਰਾਹਟ ਆਉਂਦੀ ਸੀਗੀ ਹਾਂਜੀ ਦਵਾਈ ਖਾਣ ਨਾਲ ਘਬਰਾਹਟ ਪੈਂਦਾ ਸੀਗਾ ਕੋਈ ਸਾਈਡ ਇਫੈਕਟ ਨਿਕਲੇ ਤੁਹਾਨੂੰ ਦਵਾਈ ਖਾਣ ਦੇ ਕੋਈ ਮੋਟਾਪਾ ਆ ਜਾਂਦਾ ਤੇਜ਼ਾਬ ਬਣਨ ਲੱਗਦਾ ਕੋਈ ਉਹ ਹਜੇ ਤੇਜ਼ਾਬ ਤਾਂ ਨਹੀਂ ਬਣਦਾ ਹਜੇ ਉਹ ਸਰੀਰ ਦਾ ਜਾਂਦੀ ਹਾਂਜੀ ਅੰਗਰੇਜ਼ੀ ਦੇ ਨਾਲ ਮਾੜਾ ਮੋਟਾ ਫਰਕ ਹੋ ਜਾਂਦੀ ਵੀ ਦਵਾਈਆਂ ਦੇ ਨਾਲ ਨਾ ਵੀ ਸਿਹਤ ਦਾ ਫਰਕ ਪੈ ਗਿਆ ਮੇਰਾ ਸਿਹਤ ਵੀ ਫਲੋਟ ਜਿਹੀ 'ਚ ਹੋ ਗਈ ਪਾਲੀ ਹਾਂਜੀ 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 ਹੁਣ ਵੀ ਹੈਗੀ ਆ ਹਜੇ ਵੀ ਫਿਰ ਵੀ ਕਿਤੇ ਨਾ ਕਿਤੇ ਵੀ ਹੋ ਜਾਂਦਾ ਹੈਗਾ ਉਦੋਂ ਜ਼ਿਆਦਾ ਹੋ ਗਈ ਸੀਗੀ ਸਾਹ ਵੀ ਚੜ੍ਹ ਲੱਗ ਜਾਂਦਾ ਸੀਗਾ ਹਾਂਜੀ ਅਤੇ ਕੋਈ ਹੋਰ ਵੀ ਤਕਲੀਫ ਸੀਗੀ ਸਰੀਰ ਦੇ ਵਿੱਚ ਕੋਈ ਮਤਲਬ ਕਿਸ ਤਰ੍ਹਾਂ ਨਾ ਨਾ ਹੋਰ ਕੋਈ ਤਕਲੀਫ ਨਹੀਂ ਸੀਗੀ ਬਸ ਇਸੇ ਨੇ ਮੈਨੂੰ ਜਾਂਦੇ ਇੰਨੀ ਤਕਲੀਫ ਇੱਥੋਂ ਤੱਕ ਪਹੁੰਚਾਇਆ ਜਾਣ ਦੀ ਇਸ ਤਕਲੀਫ ਨਹੀਂ ਹਾਂਜੀ ਅਤੇ ਫਿਰ ਤੁਹਾਨੂੰ ਫਿਰ ਇਹ ਜਦੋਂ ਆਹ ਹਾਲਾਤਾਂ 'ਚੋਂ ਲੰਘ ਰਹੇ ਸੀਗੇ ਅਤੇ ਕਿੱਥੋਂ ਆਰਾਮ ਆਇਆ ਫਿਰ ਆਪਣਾ ਬਸ ਐਂ ਦਵਾਈਆਂ ਦੇ ਨਾਲ ਗਾਂਝੀ ਗਾਂਝ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਸੀਗਾ ਉਵੇਂ ਦਵਾਈ ਲਈ ਜਾਂਦੇ ਸੀਗੇ ਫਿਰ ਇੱਧਰ ਸਾਨੂੰ ਪਤਾ ਲੱਗਿਆ ਫਿਰ ਕਿਹਨੇ ਦੱਸਿਆ ਕਿਹਦੇ ਕੋਲ ਇਹ ਆਪਣੇ ਪਿੰਡ ਆਪਣੇ ਮੁੰਡੇ ਸੀਗੇ ਆਪਣੇ ਨਾਗੀ ਸਾਹਿਬ ਵੀ ਜਾਂਦੇ ਸੀਗੇ ਬੱਬੂ ਸਾਹਿਬ ਵੀ ਜਾਂਦੇ ਸਾਰੇ ਜਾਂਦੇ ਸੀਗੇ ਫਿਰ ਉਹ ਸਾਡੇ ਗੁਆਂਢੀਆਂ ਦੇ ਘਰ ਆਉਂਦੇ ਹੁੰਦੇ ਸੀਗੇ ਉਹ ਵੀ ਮੁੰਡਾ ਇੱਥੇ ਆਉਂਦਾ ਹੁੰਦਾ ਸੀ ਉਹ ਹੁਣ ਨਹੀਂ ਆਉਂਦਾ ਹੈਗਾ ਉਹ ਆਉਂਦੇ ਸੀਗੇ ਅਤੇ ਫਿਰ ਉਹ ਨਾਲ ਸੀ ਇਹ ਵੀ ਨਾਲ ਸੀ ਸਾਰੇ ਅਸੀਂ ਇਕੱਠੇ ਨੇ ਇਹਨਾਂ ਨੇ ਸਾਨੂੰ ਫਿਰ ਮੈਨੂੰ ਦਵਾਈ ਚਾਲੂ ਕਰਕੇ ਆਏ ਫਿਰ ਉਹ ਕਿੰਨਾ ਨੇ ਸਾਰਾ ਮੈਨੂੰ ਖਾਣ ਨੂੰ ਦੱਸਿਆ ਵੀ ਆਹ ਦਵਾਈ ਐਂ ਖਾਣੀ ਆ ਐਂ ਖਾਣੀ 3 ਮਹੀਨੇ ਦਵਾਈ ਚੱਲੂਗੀ ਇਹ 3 ਮਹੀਨੇ ਦਾ ਪੂਰਾ ਕੋਰਸ ਕਰਨਾ ਹੈ ਫਿਰ ਇਹ 3 ਮਹੀਨੇ ਦਵਾਈ ਪੂਰੀ ਚੱਲੀ ਆ ਸਾਡੀ ਹਾਂਜੀ ਚੱਲ ਜਿਵੇਂ ਇਹਨਾਂ ਨੇ ਕਿਹਾ ਮੈਂ ਉਵੇਂ ਕਰੀ ਗਈ ਉਵੇਂ ਦਵਾਈ ਲੈ ਲੈਣੀ ਜਦੋਂ ਮੁੱਕ ਜਾਣੀ ਮੈਂ ਫਿਰ ਲੈ ਲੈਣੀ ਇਹਨਾਂ ਨੂੰ ਸੁਨੇਹਾ ਭੇਜ ਦੇਣਾ ਅਤੇ ਉਹਨਾਂ ਨੇ ਜਾਣ ਸਾਨੂੰ ਘਰੇ ਦੇ ਜਾਣੀ ਦਵਾਈ ਆ ਕੇ ਇੱਧਰ ਜਾ ਇਹਨਾਂ ਨੇ ਵੀ ਆ ਜਾਣਾ ਇਹਨਾਂ ਨੇ ਦੇ ਜਾਣੀ ਜਾ ਤੁਸੀਂ ਡਾਕਟਰ ਸਾਹਿਬ ਨੂੰ ਮਿਲੇ ਸੀਗੇ ਹਾਂਜੀ ਹਾਂਜੀ ਜਦੋਂ ਤੁਸੀਂ ਡਾਕਟਰ ਸਾਹਿਬ ਨੂੰ ਮਿਲੇ ਸੀ ਕੀ ਕਹਿੰਦੇ ਸੀ ਨਹੀਂ ਇਹਨਾਂ ਨੂੰ ਨਹੀਂ ਸੀ ਹਜੇ ਮਿਲੇ ਉਹ ਦੂਜੇ ਇਹਨਾਂ ਮੁੰਡਿਆਂ ਨੂੰ ਮਿਲੇ ਸੀ ਆਪਣੇ ਡਾਕਟਰ ਸਾਹਿਬ ਨੂੰ ਕਦੋਂ ਮਿਲੇ ਇਹਨਾਂ ਨੂੰ ਤਾਂ ਉਦੋਂ ਮਿਲਦੇ ਸੀ ਜਦੋਂ ਵਿਆਹ ਸੈਮੀਨਾਰ ਹੁੰਦੇ ਸੀਗੇ ਉਦੋਂ ਮਿਲੇ ਆ ਫੋਨ 'ਤੇ ਗੱਲ ਹੋਈ ਪਤਾ ਨਹੀਂ ਹੁਣ ਮੈਨੂੰ ਫੋਨ ਤਾਂ ਚੇਤਾ ਨਹੀਂ ਖਾਣੀ ਤਾਂ ਗੱਲ ਹੋਈ ਆ ਜਦੋਂ ਦਵਾਈ ਦੱਸਦੇ ਸੀ ਉਵੇਂ ਫਿਰ ਇਹ ਮੈਨੂੰ ਦੱਸਿਆ ਆਉਂਦੇ ਸੀਗੇ ਜਦੋਂ ਡਾਕਟਰ ਸਾਹਿਬ ਜਿੱਦਾਂ ਦਵਾਈ ਦੱਸਦੇ ਹਾਂਜੀ ਉਵੇਂ ਜਾਣੀ ਤੇ ਦਵਾਈ ਲੈ ਲਈ ਦੀ ਸੀਗੀ ਕੀ ਦਵਾਈਆਂ ਲਈਆਂ ਸੀ ਉਹ ਦਵਾਈ ਐਮ ਡੀ ਸੀਗੀ ਇੱਕ ਤੁਲਸੀ ਸੀ ਇੱਕ ਔਲਾ ਸੀਗਾ ਇੱਕ ਗਲੋ ਸੀ ਹੋਰ ਆਪਣੇ ਇੱਕ ਹਲਦੀ ਦਿੱਤੀ ਸੀ ਹੋਰ ਹਾਂ ਉਹ ਵੀ ਗੋਲੀਆਂ ਸੀਗੀਆਂ ਹਾਂਜੀ ਉਹ ਤਾਂ ਹਜੇ ਵੀ ਮੈਂ ਵੀ ਉਹੀ ਵਰਤਦੀ ਹਾਂ ਹੁਣ ਵੀ ਸਪੈਰੂਲਿਨਾ ਹਾਂਜੀ ਹਜੇ ਚੱਲੀ ਜਾਂਦੀਆਂ ਹਜੇ ਹਾਂਜੀ ਹੋਰ ਆਹ ਜੋੜ ਦਰਦ ਤੋਂ ਵੀ ਕੈਪਸੂਲ ਸੀਗੇ ਜੁਆਇੰਟ ਕੇਅਰ ਹਾਂਜੀ ਉਹ ਵੀ ਸੀਗੇ
ਉਹ ਵੀ ਇਹੀ ਦਵਾਈ ਖਾਂਦੀ ਹਾਂ ਹੋਰ ਮੈਂ ਹਜੇ ਦੂਜੀ ਵਾਫਰ ਕੋਈ ਦਵਾਈ ਨਹੀਂ ਦੂਜੀ ਪਿੰਕ ਰੌਕ ਸਾਲਟ ਹਾਂਜੀ 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 ਉਹ ਵੀ ਚੱਲਦਾ ਵਾ ਉਹ ਤਾਂ ਅੱਜ ਖਤਮ ਹੋਇਆ ਸੀ ਅੱਜ ਫਿਰ ਮੈਂ ਲੈ ਲਿਆ ਇਹਨਾਂ ਕੋਲੋਂ ਹਾਂਜੀ ਕਿੰਨੀ ਦੇਰ ਬਾਅਦ ਯਾਨੀ ਤੁਸੀਂ ਦਵਾਈ ਲਈ ਉਸ ਤੋਂ ਬਾਅਦ ਤੁਸੀਂ ਇੱਥੋਂ ਲੈ ਗਏ ਕਿੰਨੀ ਦੇਰ ਬਾਅਦ ਤੁਹਾਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ ਮੈਂ ਜਾਂਦੀ ਤਿੰਨਾਂ ਕੁ ਮਹੀਨਿਆਂ 'ਚ ਜਾਂਦੀ ਫਰਕ ਪੈਣਾ ਸ਼ੁਰੂ ਹੋ ਗਿਆ ਤਿੰਨ ਮਹੀਨੇ ਲੱਗ ਗਏ ਤੁਹਾਨੂੰ ਤਿੰਨ ਮਹੀਨੇ ਜਾਂਦੀ ਮੈਂ ਖਾ ਲਈ ਦਵਾਈ ਤਿੰਨਾਂ ਮਹੀਨੇ ਜਦੋਂ ਮੇਰੇ ਤਿੰਨ ਮਹੀਨੇ ਪੂਰੇ ਹੋ ਗਏ ਆ ਤੇ ਜਾਂਦੀ ਮੈਂ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਪਹਿਲੀ ਵਾਰ ਕਦੋਂ ਲੱਗਿਆ ਤੁਹਾਨੂੰ ਵੀ ਜਦੋਂ ਵੀ ਹੁਣ ਫਰਕ ਉਂਝ ਵੀ ਇਹ ਮਹਿਸੂਸ ਜਿਹਾ ਹੋਇਆ ਮੈਂ ਬੈਠੀ ਬੈਠੀ ਮੈਂ ਲੱਤ ਜੀ ਮੋੜ ਕੇ ਬੈਠੀ ਅਸੀਂ ਸਾਡਾ ਗੁਰਦੁਆਰਾ ਵਾ ਗੁਰਦੁਆਰੇ ਮੱਥਾ ਟੇਕਣ ਗਏ ਸੀ ਅਤੇ ਮੈਂ ਸਵੇਰੇ ਗਿਆ ਮੱਥਾ ਟੇਕੇ ਮੈਥੋਂ ਪਹਿਲਾਂ ਐਂ ਮੱਥਾ ਨਹੀਂ ਟੇਕਿਆ ਜਾਂਦਾ ਹੁੰਦਾ ਸੀਗਾ ਅਤੇ ਐਂ ਮੈਂ ਮੱਥਾ ਟੇਕਣ ਲੱਗੀ ਫਿਰ ਮੈਂ ਬਹਿ ਵੀ ਚੌਂਕੜੀ ਵੀ ਮਾਰ ਲਿਆ ਲੱਤ ਮੋੜ ਲਈ ਅਤੇ ਮੇਰੀ ਚੌਂਕੜੀ ਵਧੀਆ ਵੱਜ ਗਈ ਕਿੰਨੀ ਦੇਰ ਬਾਅਦ ਦਵਾਈ ਲਿਆਉਣੀ ਸ਼ੁਰੂ ਕੀਤੀ ਕਿੰਨੀ ਦੇਰ ਹਾਂਜੀ ਥੋੜ੍ਹੇ ਜਿਹੇ ਟਾਈਮ ਬਾਅਦ ਹੀ ਜਾਂਦੀ ਦੋ ਢਾਈ ਕੁ ਮਹੀਨੇ ਵਿੱਚ ਦੀ ਹੋ ਗਈ ਜਾਂਦੀ ਵੀ ਫਿਰ ਜਦੋਂ ਮੇਰੀ ਲੱਤ ਮੋੜਨ ਲੱਗ ਗਈ ਫਿਰ ਮੈਨੂੰ ਜਾਂਦੀ ਆਪਣੇ ਆਪ ਨੂੰ ਮਹਿਸੂਸ ਜਿਹਾ ਹੋ ਗਿਆ ਵੀ ਹੁਣ ਮੈਨੂੰ ਫਰਕ ਪੈਂਦਾ ਲੱਗਦਾ ਹਾਂਜੀ ਜਿਹੜੀ ਹੱਡੀ ਭੂਰੀ ਸੀ ਉਹ ਐਕਸਰੇ ਕਰਾਇਆ ਦੁਬਾਰਾ ਬਾਅਦ 'ਚ ਨਹੀਂ ਕਰਾਇਆ ਐਕਸਰਾ ਬਸ ਜਿਹੜੇ ਪਹਿਲਾਂ ਕਰਾ ਲਈ ਹੁਣ ਲੱਗਦਾ ਵੀ ਹੱਡੀ ਠੀਕ ਹੋ ਗਈ ਹੁਣ ਜੀ ਜਿਹੜੀ ਹੁਣ ਮੇਰੀ ਲੱਤ ਮੋੜ ਜਾਂਦੀ ਆ ਹੁਣ ਨਹੀਂ ਮਹਿਸੂਸ ਜਿਹਾ ਹੁੰਦਾ ਹੁਣ ਜਾਂਦੀ ਜੇ ਦੁਖਦੀ ਵੀ ਹੈ ਨਹੀਂ ਗੀ ਤੁਹਾਨੂੰ ਲੱਗਦਾ ਵੀ ਹੱਡੀ ਬਣ ਗਈ ਹੋਣੀ ਹਾਂ ਬਣ ਗਈ ਹੋ ਗਈ ਹਾਂ ਵੀ ਹੁਣ ਮੈਨੂੰ ਐਂ ਵੀ ਜਾਂਦੀ ਹੁਣ ਮੈਨੂੰ ਠੀਕ ਹੋ ਗਈ ਆਪਦੇ ਆਪ 'ਚ ਕਿੰਨੀ ਦੇਰ ਦਵਾਈ ਖਾਣੀ ਪਈ ਤੇ ਹੁਣ ਵੀ ਖਾ ਰਹੇ ਹਾਂ ਵਿੱਚ ਵਿੱਚ ਖਾ ਲੈਂਦੀ ਹੁੰਦੀ ਹਾਂ ਜਦੋਂ ਕੋਈ ਮਾੜਾ ਮੋਟਾ ਕੋਈ ਥਕਾਵਟ ਜਿਹੀ ਹੋ ਜਾਵੇ ਤੇ ਮੈਂ ਖਾ ਲੈਂਦੀ ਹੁੰਦੀ ਹਾਂ ਗੋਲੀ ਹਾਂਜੀ ਟੋਟਲ ਕਿੰਨੀ ਦੇਰ ਦਵਾਈ ਖਾਣੀ ਪਈ ਟੋਟਲ 10 ਮਹੀਨੇ ਤਾਂ ਮੈਂ ਬਿਲਕੁਲ ਜਮਾਂ ਹੀ ਖਾਧੀ ਆ ਦਵਾਈ ਫਿਰ ਵੀ ਮੈਂ ਵਿੱਚ ਦੀ ਦਵਾਈ ਲੈ ਜਾਂਦੀ ਸੀਗੀ ਜਦੋਂ ਮੈਨੂੰ ਕੋਈ ਮਾੜਾ ਮੋਟਾ ਥਕਾਵਟ ਹੋਣੀ ਮੈਂ ਸਾਰੀ ਦਵਾਈ ਵਰਤ ਲੈਂਦੀ ਸੀਗੀ ਜਿਹੜੀ ਜਿਹੜੀ ਦਵਾਈ ਹੋਣੀ MD ਵੀ ਹਜੇ ਵੀ ਪਈ ਆ ਮੈਂ ਹਜੇ ਵੀ ਉਹ ਵਰਤ ਲੈਂਦੀ ਹੁੰਦੀ ਹਾਂ ਜਦੋਂ ਕਿਤੇ ਵੀ ਖੰਘ ਬੁਖਾਰ ਜ਼ੁਕਾਮ ਹੋਵੇ ਤੇ ਉਹ ਪਾਣੀ ਗਰਮ ਪਾਣੀ ਦੇ ਵਿੱਚ ਮੈਂ ਲੈ ਕੇ ਵਰਤ ਲੈਂਦੀ ਹਾਂ ਠੀਕ ਆ ਬਿਲਕੁਲ ਹਾਂਜੀ ਹਾਂ ਬਿਲਕੁਲ ਠੀਕ ਹੈ ਪਹਿਲਾਂ ਜਦੋਂ ਤੁਸੀਂ ਇਲਾਜ ਕਰਵਾਇਆ ਸਾਰੇ ਡਾਕਟਰਾਂ ਕੋਲੋਂ 4-5 ਸਾਲ ਤੁਸੀਂ ਕਹਿੰਦੇ ਵੀ ਤੁਹਾਨੂੰ ਇਲਾਜ ਕਰਾਉਣਾ ਪਿਆ ਤੇ ਕਿੰਨਾ ਕੁ ਪੈਸਾ ਲਾਤਾ ਜੀ ਪੈਸੇ ਮੇਰਾ ਲੱਗ ਹੀ ਗਿਆ ਇਸ ਹਿਸਾਬ ਦੇ ਨਾਲ ਮੇਰਾ 50-60 ਹਜ਼ਾਰ ਮੇਰਾ ਖੁੱਲ੍ਹਾ ਲੱਗ ਗਿਆ ਪਹਿਲਾਂ ਇੱਥੇ ਫਿਰ 1 ਲੱਖ ਰੁਪਏ ਲੱਗ ਜਾਣਾ ਇੱਥੇ ਵੀ ਹੁਣ ਮੈਂ ਦਵਾਈ ਚੱਕੀ ਜਾਂਦੀ ਸੀਗੀ ਦਵਾਈ ਖਾ ਲੈਣੀ ਲੈ ਵੀ ਜਾਣੀ ਅਤੇ ਚੱਲ ਇੱਥੇ ਵੀ ਇੰਨਾ ਕੁ ਜਾਂਦੀ ਹੋ ਹੀ ਗਿਆ ਹੁਣ ਮੈਂ ਥੋੜ੍ਹਾ ਬਹੁਤਾ ਮਤਲਬ 3 ਮਹੀਨੇ 'ਚ ਇੰਨੇ ਪੈਸੇ ਲੱਗ ਗਏ ਨਹੀਂ ਮੈਂ ਹੁਣ ਦਵਾਈ ਤਾਂ ਮੈਂ ਲੈਂਦੀ ਹੀ ਰਹੀ ਹਾਂ ਹਾਂ ਦਵਾਈ ਤਾਂ ਮੈਂ ਪਹਿਲਾਂ ਵੀ ਲੈਂਦੀ ਰਹੀ ਸੀ ਖਾਂਦੀ ਰਹਿੰਦੀ ਸੀਗੀ ਫਿਰ ਜਦੋਂ ਮੈਂ ਵੀ ਬਾਅਦ 'ਚ ਮੈਥੋਂ ਆਇਆ ਨਹੀਂ ਸੀ ਜਾਂਦਾ ਮੈਨੂੰ ਆਉਣ ਜਾਣ ਦਾ ਹੋ ਜਾਂਦਾ ਸੀਗਾ ਅਤੇ ਮੁੜ ਕੇ ਫਿਰ ਮੈਂ ਜਿਹੜੀ ਹੁੰਦੀ ਸੀ ਕੋਲ ਵਰਤ ਲੈਂਦੀ ਸੀਗੀ ਇਕੱਠੀ ਲੈ ਕੇ ਰੱਖ ਹਾਂਜੀ ਇਕੱਠੀ ਲੈ ਕੇ ਰੱਖ ਲੈਂਦੇ ਸੀਗੇ ਤੇ ਹੁਣ ਬਿਲਕੁਲ ਠੀਕ ਹੈ ਤੁਸੀਂ ਮਤਲਬ ਪੌੜੀ ਪੂੜੀ ਚੜ੍ਹ ਲੈਂਦੇ ਹੋ ਤੁਸੀਂ ਹੁਣ ਮੈਂ ਪੌੜੀ ਵੀ ਚੜ੍ਹ ਕੇ ਆਈ ਹਾਂ ਹਾਂਜੀ ਘਰੇ ਵੀ ਪੌੜੀ ਚੜ੍ਹਦੇ ਹਾਂ ਹਾਂਜੀ ਹਾਂ ਗੋਡੇ ਮੜ ਜਾਂਦੇ ਆ ਹੁਣ ਨਹੀਂ ਤਕਲੀਫ ਹੁੰਦੀ ਤੇ ਪਹਿਲਾਂ ਤਾਂ ਮਤਲਬ ਤੁਰਿਆ ਵੀ ਨਹੀਂ ਜਾਂਦਾ ਹੋਣਾ ਲੋਕੀ ਦੇਖਣ ਵਾਲੇ ਕੀ ਕਹਿੰਦੇ ਹਾਂਜੀ ਪਹਿਲਾਂ ਕਹਿੰਦੇ ਸੀ ਤੁਸੀਂ ਉੱਥੋਂ ਦਵਾਈ ਲੈ ਲਓ ਤੁਸੀਂ ਉੱਥੋਂ ਦਵਾਈ ਲੈ ਲਓ ਪਹਿਲਾਂ ਉਹ ਆਈ ਕਹਿ ਦਿੰਦੇ ਸੀਗੇ ਹੁਣ ਜਦੋਂ ਠੀਕ ਹੋ ਗਏ ਫਿਰ ਕੀ ਹੁਣ ਉਹ ਕਹਿੰਦੇ ਚੱਲ ਆ ਤਾਂ ਵਧੀਆ ਹੋ ਗਿਆ ਹੁਣ ਤੂੰ ਵਧੀਆ ਤੁਰਨ ਲੱਗ ਗਈ ਨਹੀਂ ਉਹ ਆਪ ਪੁੱਛਦੇ ਨੇ ਵੀ ਸਾਨੂੰ ਵੀ ਦੱਸੋ ਜੇ ਕਿਸੇ ਹੋਰ ਨੂੰ ਤਕਲੀਫ ਹੋਈ ਇਉਂ ਤਾਂ ਵਿੱਚ ਕਹੀ ਦਿੰਦੇ ਆ ਵੀ ਤੁਸੀਂ ਸਾਨੂੰ ਵੀ ਦੱਸੋ ਹੁਣ ਦੱਸ ਵੀ ਦੇਈਦਾ ਵਾ ਵੀ ਅਸੀਂ ਸਾਡੀ ਦਵਾਈ ਚੱਲਦੀ ਆ ਅੱਛਾ ਮੇਰੇ ਕੋਲ ਹੈਗੀ ਆ ਘਰੇ ਤੁਸੀਂ ਲੈ ਸਕਦੇ ਆ ਹਾਂਜੀ ਵਿੱਚ ਲੈ ਵੀ ਜਾਂਦੇ ਆ ਥੋੜ੍ਹੀ ਥੋੜ੍ਹੀ ਚੀਜ਼ ਲੈ ਜਾਂਦੇ ਆ ਐਂ ਕੋਈ ਕੇਰਾਂ ਲੈ ਜਾਂਦਾ ਵਿੱਚ ਮੁੜ ਕੇ ਫਿਰ ਅਗਲੇ ਨੂੰ ਦਿੱਕਤ ਪੈ ਜਾਂਦੀ ਮੁੜ ਕੇ ਫਿਰ ਆਉਂਦੇ ਨਹੀਂਗੇ ਤੇ ਤੁਸੀਂ ਆਪ ਤਾਂ ਠੀਕ ਹੋ ਗਏ ਹੁਣ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹੂੰਗੀ ਇੱਥੋਂ ਦਵਾਈ ਖਾਓ ਅਤੇ ਤੁਸੀਂ ਵੀ ਠੀਕ ਹੋ ਜਾਓਗੇ ਹੁਣ ਪੂਰਾ ਯਕੀਨ ਆ ਵੀ ਹੋਰ ਵੀ ਠੀਕ ਹੋਣਗੇ ਹਾਂ ਹਾਂ ਬਿਲਕੁਲ ਠੀਕ ਹੋਣਗੇ ਜਦੋਂ ਆਪਾਂ ਦਵਾਈ ਖਾਵਾਂਗੇ ਚੀਜ਼ ਵਰਤਾਂਗੇ ਜਿਵੇਂ ਦੱਸਣਗੇ ਅਤੇ ਉਵੇਂ ਫਿਰ ਫਰਕ ਪੈਂਦਾ ਹੀ ਆ ਚੀਜ਼ ਦਾ ਬਹੁਤ ਬਹੁਤ ਧੰਨਵਾਦ ਮਨਜੀਤ ਜੀ ਤੁਸੀਂ ਆਪਣੀ ਪੂਰੀ ਜਿਹੜਾ ਤੁਸੀਂ ਤਕਲੀਫ ਕਿਹੜੇ ਹਾਲਾਤਾਂ 'ਚੋਂ ਲੰਘੇ ਕਿਹੜੀ ਤਕਲੀਫ 'ਚੋਂ ਲੰਘ ਕੇ ਤੁਸੀਂ ਇੱਥੇ ਪਹੁੰਚੇ ਅਤੇ ਕਿੱਦਾਂ ਤੁਸੀਂ ਠੀਕ ਹੋਏ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਵਧੀਆ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਨ ਮਨਜੀਤ ਕੌਰ ਜੀ ਇੱਕ ਅਜਿਹੇ ਹਾਲਾਤਾਂ ਵਿੱਚੋਂ ਲੰਘੇ ਮਰੀਜ਼ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿਤਾ ਸੀ ਵੀ ਤੁਹਾਡੀ ਗੋਡੇ ਦੀ ਹੱਡੀ ਭੁਰ ਗਈ ਹੈ ਐਕਸਰੇ ਦੇ ਵਿੱਚ ਆਇਆ ਇੱਕ ਵਾਰ ਨਹੀਂ ਕਈ ਵਾਰੀ ਆਇਆ
और एक्सरे आने तो बाद हड्डी भुर गई। हड्डी भुरन का बहुत सारिया थावों तो 4-5 साल लगातार इलाज कराया, अलग अलग डॉक्टरों तो इलाज कराया, देसी जहा भी नुस्खा किया, बारे जे भी लवाए, पर आराम नहीं आया, तकलीफ लगातार बढ़ती रहती सी। कहिंदे गोडा भी सुज जांदा सी, ना मोड़िया जांदा सी, ना बैठा जांदा सी, ना उठाया जांदा सी, ना पौड़ी चढ़ी जांदी सी, ना झुकया जांदा सी, ना चौंकड़ी मारी जांदी सी, हर टाइम तकलीफ रहिंदी सी। घर दे काम करने जिहड़े सी ओह बहुत ज़्यादा तकलीफ दे रहे सी। डॉक्टरां दा इह कहना सीगा दवाई खाई चलो, दवाई खाई जांदे सीगे जे ठीक रहिंदा सी, दवाई छड्ड दिंदे सी, फिर उही हालात हो जांदे सी। ते फिर कुल मिला के इन्ना पैसा लाया, इन्नी तकलीफ सही, 4-5 साल जिहड़ा सी अलग अलग जगह दे उत्ते गेड़े कट्टे। जदों आराम नहीं आया तो डॉक्टर वरिंदर सिंह भुल्लर होणा नाल मुलाकात हुई, तो दवाई लई। 2-2.5 महीने बाद भी इन्हां नूं रिजल्ट दिखना शुरू होया। जिहड़े गोडे भुरे होए सी उह गोडिआं दी हड्डी जिहड़ी आ अंदरों ठीक हो गई, यानी अंदरों गोडे भुरे होए गोडे दी हड्डी बन गई, तो वह गोडे मोड़न लग गए, चौंकड़ी वज्जण लग गई, ठीक होण लग गया, मतलब इदां लगण लग गया वी मैनूं कोई तकलीफ नहीं हैगी। 3 महीने पूरी दवाई खाधी, उस तो बाद भी कुछ खाधी, हूँ भी कहें कदे कदे थकावट हो जाती, मैं खा लैनी हाँ, तो इस टाइम हूँ बिल्कुल ठीक ने। तो होरां भी सलाह दे रहे हैं कि जेकर तुहानू भी कोई इस तरह की तकलीफ हैगी है तो तुसी भी डॉक्टर वरिंदर सिंह भुल्लर होना तो दवाई लैके तुसी अपना इलाज करवा सकते हो, ठीक हो सकते हो। उम्मीद करते हैं कि यह गलबात तुहानू पसंद आई होगी, तो जे पसंद आई है तो इस नू वध तो वध शेयर कर दिओ, क्योंकि की पता कोई मनजीत जी वर्गा ही कोई इंसान अपने घर बैठा इसे तकलीफ दे विच्चों या इसे तरह की किसी होर तकलीफ दे विच्चों लंघ रहा होवे, कितों आराम ना आ रहा होवे, ते जेकर इस वीडियो नू देखण तो बाद वह भी अपना इलाज इत्थों करवाउंदे ने, ठीक होंदे ने, तो असी समझांगे कि इस वीडियो नू बनाउण दा मकसद कामयाब रहा। साडे चैनल नू सबसक्राइब करना ना भुल्यो। अगली बार फिर हाजर होवांगे एक नवें मुद्दे, एक नवें मेहमान दे नाल। उदों तक मैनूं दे इजाजत, धन्यवाद।